हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਪੰਜਵੀਂ ਜਮਾਤ ਦੀ ਟੈਕਸਟਬੁੱਕ ਦੇ ਸਵਾਲ ਕੀਤੇ ਸੀ ਜਿਦੇ ਵਿੱਚ ਆਪਾਂ 2.9 ਅਭਿਆਸ ਦੇ ਪਹਿਲੇ ਸਵਾਲ ਦੇ ਜੀ ਪਾਰਟ ਦੇ ਉੱਤੇ ਪਹੁੰਚ ਗਏ ਬੇਟਾ ਧਿਆਨ ਦੇ ਨਾਲ ਇਹ ਕੀ ਹੈ ਅਨੁਮਾਨਿਤ ਮੁੱਲ ਪਤਾ ਕਰਨੀ ਹੈ ਅਸੀਂ 563 تقسیم 34 ਤਾਂ ਭਾਗ ਜੀ ਬੇਟਾ 563 ਭਾਗ 34 ਬੇਟਾ ਤੁਹਾਨੂੰ ਦੱਸਿਆ ਸੀ ਵੀ ਪਹਿਲਾਂ ਅਸੀਂ ਨਿਕਟੇ ਕਰਨ ਕਰ ਲੈਣਾ ਸੰਖਿਆ ਦਾ ਠੀਕ ਹੈ ਤਾਂ ਆ ਬੇਟਾ ਤਿੰਨ ਅੰਕੀ ਸੰਖਿਆ ਇਹਦਾ ਨਿਕਟੇ ਕਰਨ ਸੈਂਕੜੇ ਦੇ ਵਿੱਚ ਹੋਊਗਾ 5 ਦੇ ਸੈਂਕੜੇ ਚ ਅਸੀਂ ਇਹ ਦਹਾੜਾ ਵਾਲਾ ਅੰਕ ਦੇਖ ਲੈਨੇ ਆ ਜੇ ਤਾਂ ਇਹ 5 ਹੈ ਜਾਂ 5 ਤੋਂ ਵੱਡਾ ਹੈ ਤੇ ਆ ਅੰਕ ਵਧਾ ਦੇਵਾਂਗੇ ਅਸੀਂ ਇਹ 5 ਦੇ ਦਾ ਬਣ ਜਾਣਾ 6 ਤੇ ਬਾਕੀ ਇਧਰਲੇ ਪਾਸੇ ਜ਼ੀਰੋ ਆ ਜਾਣੀਆਂ ਇਹ ਨਿਕਟੇ ਕਰਨ ਹੋ ਗਿਆ 563 ਦਾ 600 ਦੇ ਵਿੱਚ ਇਸੇ ਤਰ੍ਹਾਂ ਹੀ ਬੇਟਾ 34 ਦਾ ਅਸੀਂ ਦੋ ਅੰਕੀ ਸੰਖਿਆ ਤਾਂ ਇਹਦਾ ਨੈਕਟਿ ਕਰਨ ਦਹਾਈ ਦੇ ਵਿੱਚ ਹੋਣਾ ਤਾਂ ਇਹਦੀ ਦਹਾਈ ਦੇ ਨਾਲ ਦੀ ਸੰਖਿਆ ਜਿਹੜੀ ਆ ਚਾਰ ਅਸੀਂ ਦੇਖਾਂਗੇ ਜੇ ਤਾਂ ਇਹ ਪੰਜ ਹੁੰਦੀ ਜਾਂ ਪੰਜ ਤੋਂ ਵੱਡੀ ਹੁੰਦੀ ਤਾਂ ਆ ਅੰਕ ਵਧਾ ਦੇਣਾ ਸੀ ਅਸੀਂ ਇੱਕ ਪਰ ਇਹ ਪੰਜ ਤੋਂ ਛੋਟਾ ਇਸ ਕਰਕੇ ਇਹਨੂੰ ਛੱਡ ਦੇਣਾ ਆ ਅੰਕ ਇਦਾਂ ਹੀ ਰਹਿ ਜਾਣਾ ਤਾਂ ਇਹਦਾ ਬਣ ਗਿਆ 30 ਠੀਕ ਆ ਬੇਟਾ ਤਾਂ ਇਹ ਬੇਟਾ 600 ਬਟਾ 3 ਭਾਗ ਹੈ ਨਾ ਭਾਗ ਬਟਾ ਇਦਾਂ ਵੀ ਕਰ ਸਕਦੇ ਤੁਸੀਂ ਭਾਗ ਪ੍ਰੋਪਰ ਵੀ ਕਰ ਲਿਓ ਜੇ 30 ਦਾ ਪਾੜਾ ਨਹੀਂ ਹੁੰਦਾ ਤਾਂ ਇਹਨੂੰ ਕੱਟਣਾ ਸਿੱਖ ਲਓ ਬੇਟਾ ਅਭਿਆਸ ਨਾਲ ਆ ਜਾਊਗਾ ਬਾਹਰਲੀ 0 ਨਾ ਬਾਹਰਲੀ 0 ਕੱਟੀ ਜਾਂਦੀ ਹੈ ਤਾਂ 3 1 3 ਤੇ ਆ 60 ਤੇ ਕਰੋਗੇ 3 2 6 0 ਦੀ 0 ਤਾਂ ਇਹ ਆ ਗਿਆ 20 ਇਹਦਾ ਉੱਤਰ ਆ ਗਿਆ ਅਨੁਮਾਨਿਤ ਉੱਤਰ 20 ਆ ਗਿਆ ਅੱਗੇ ਬੇਟਾ ਆ ਗਿਆ ਸਵਾਲ H ਤਾਂ ਇਹਦੇ ਵਿੱਚ ਕੀ ਕਹਿੰਦਾ ਪਿਆ 7000 ਭਾਗ ਐਚ ਆਪਾਂ ਥੱਲੇ ਕਰ ਲੈਨੇ ਆ 7541 ਭਾਗ 43 ਤਾਂ ਬੇਟਾ ਅਨੁਮਾਨਤ ਮੁੱਲ ਚ ਪਹਿਲਾਂ ਅਸੀਂ ਇਹਦਾ ਨਿਕਟੀਕਰਨ ਕਰਾਂਗੇ ਇਹ ਚਾਰ ਅੰਕੀ ਸੰਖਿਆ ਇਹਦਾ ਨਿਕਟੀਕਰਨ ਹਜ਼ਾਰਾਂ ਚ ਹੋਊਗਾ ਤਾਂ ਅਸੀਂ ਇਹਦੇ ਨਾਲ ਦਾ ਅੰਕ ਦੇਖਦੇ ਆ ਇਹ 5 ਆ ਪੁੱਤ ਮੈਂ ਤੁਹਾਨੂੰ ਦੱਸਿਆ ਸੀ ਵੀ ਜੇ 5 ਹੋਵੇ ਜਾਂ 5 ਤੋਂ ਵੱਡਾ ਹੋਵੇ ਤਾਂ ਆ ਅੰਕ ਅੱਗੇ ਲੈ ਚੱਲਦੇ ਆਪਾਂ ਏ ਬਣ ਗਿਆ 8 ਏ ਦੇ ਨਾਲ ਤਿੰਨ ਬਿੰਦੀਆਂ ਜਿੰਨੇ ਅੰਕ ਆਉਣੀਆਂ ਬਿੰਦੀਆਂ ਲਾ ਦੇਣੀਆਂ ਜੇ 5 ਤੋਂ ਛੋਟਾ ਹੁੰਦਾ ਇਹਨੇ 7 ਆ ਹੀ ਰਹਿ ਜਾਣਾ ਸੀ ਇਧਰਲੇ ਪਾਸੇ ਜ਼ੀਰੋ ਆ ਜਾਣੀਆਂ ਸੀ ਇਹ ਨਿਕਤੀ ਕਰਨ ਬਣ ਜਾਣਾ ਸੀ ਤਕਸੀਮ 43 ਇਹਦਾ ਨਿਕਤੀ ਕਰਨ ਦਹਾਈ ਚ ਹੋਊਗਾ ਬੇਟਾ ਤਾਂ ਅਸੀਂ ਇਕਾਈ ਅੰਕ ਦੇਖਦੇ ਆਂ ਇਹ 5 ਤੋਂ ਛੋਟਾ ਆ ਬੇਟਾ ਤਾਂ ਇਹ ਚੌਕੇ ਦੇ ਨਾਲ ਜ਼ੀਰੋ ਲੱਗ ਜਾਣੀ ਬਸ ਠੀਕ ਆ ਬੇਟਾ 8000 ਭਾਗ 40 ਆ ਗਿਆ ਤਾਂ ਇਹ ਆ ਗਿਆ ਬੇਟਾ 8000/40 40 ਦਾ ਪਹਾੜਾ ਤੁਹਾਨੂੰ ਆਉਂਦਾ ਨਹੀਂ ਪੁੱਤ ਕੱਟਣਾ ਜ਼ਰੂਰ ਸਿੱਖ ਲੈਣਾ 0 ਦੀ 0 ਆ 4 ਦੂਣੀ 8 0 ਦੀ 0 0 ਦੀ 0 ਤਾਂ 200 ਤਾਂ ਇਹ ਕਿੰਨਾ ਉੱਤਰ ਆ ਗਿਆ 200 ਅਨੁਮਾਨਿਤ ਉੱਤਰ ਕਿੰਨਾ ਆ ਗਿਆ ਇਹਦਾ 200 ਇਹਦੇ ਨਾਲ ਹੀ ਬੇਟਾ ਇਹ ਅਭਿਆਸ ਆ ਜਿਹੜੀ 2.9 ਸਾਡੀ ਕੰਪਲੀਟ ਹੋਗੀ ਹੁਣ ਅਗਲੀ ਅਭਿਆਸ ਆ ਜਿਹੜੀ ਬੋਰਡ ਮਾਸ ਰੂਲ ਵਾਲੀ ਸਰਕਲ ਕਰੋ ਵਾਲੀ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ